ਤਸਵੀਰਾਂ ਨੇ ਜਿਹੜੀਆਂ ਤਾਂ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਪੁਲਿਸ ਮੁਲਾਜ਼ਮ ਦੀ ਪੁਲਿਸ ਮੁਲਾਜ਼ਮ ਨਾਲ ਭਿੜ ਜਾਂਦੀ ਆਪਸੀ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਖੂਬ ਜਿਹੜੀਆਂ ਵੀਡੀਓ ਨੇ ਤਾਂ ਉਹ ਵਾਇਰਲ ਹੋ ਰਹੀ ਹੈ ਅੰਮ੍ਰਿਤਸਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਤਾਂ ਜਿਹੜਾ ਥਾਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਆਪਣੇ ਹੀ ਇੱਕ ਮੁਲਾਜ਼ਮ ਨੂੰ ਰੋਕਿਆ ਜਾਂਦਾ ਤੇ ਉਹਦੇ ਵੱਲੋਂ ਦੱਸਿਆ ਵੀ ਜਾਂਦਾ ਕਿ ਮੈਂ ਵੀ ਮੁਲਾਜ਼ਮ ਹਾਂ ਮੈਂ CIA ਦੇ ਵਿੱਚ ਜੌਬ ਕਰਦਾ ਤੇ ਜਿਹੜਾ ਮੈਨੂੰ ਰੋਕਿਆ ਤਾਂ ਜਾਲੀਆਂ ਨੂੰ ਲੈ ਕੇ ਜਿਹੜਾ ਇਹ ਸਾਰਾ ਵਿਵਾਦ ਬਣਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਅਫਸਰਾਂ ਦੇ ਵੱਲੋਂ ਕਿਹਾ ਗਿਆ ਕਿ ਗੱਡੀ ਦੀਆਂ ਥਾਰ ਦੀਆਂ ਜਾਲੀਆਂ ਉਤਾਰੋ ਤਾਂ ਨਾ ਉਤਾਰਨ ਦੀ ਮੁੰਡੇ ਵੱਲੋਂ ਕਿਹਾ ਗਿਆ ਕਿ ਮੇਰੇ ਕੋਲ ਹੋਰ ਵੀ ਸਮਾਨ ਹੁੰਦਾ ਤੇ ਜੇਕਰ ਕੋਈ ਗੱਲਬਾਤ ਹੋਗੀ ਤਾਂ ਕੌਣ ਜ਼ਿੰਮੇਵਾਰ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਅੰਮ੍ਰਿਤਸਰ ਤੋਂ ਵਾਇਰਲ ਹੋ ਰਹੀਆਂ ਨੇ ਦੇਖ ਸਕਦੇ ਹੋ ਤਾਂ ਜਿਹੜਾ ਸਿੱਖ ਨੌਜਵਾਨ ਹੈ ਤਾਂ ਉਹ ਆਪਣੇ ਹੀ ਮੁਲਾਜ਼ਮ ਦੇ ਨਾਲ ਭਿੜ ਰਿਹਾ ਤਾਂ ਜਿਹੜਾ ਸਾਰਾ ਮਾਮਲਾ ਜਾਲੀਆਂ ਲਗਾਉਣ ਨੂੰ ਲੈ ਕੇ ਆ ਤਾਂ ਪੁਲਿਸ ਮੁਲਾਜ਼ਮ ਦੇ ਵੱਲੋਂ ਕਿਹਾ ਜਾਂਦਾ ਕਿ ਗੱਡੀ ਦੀਆਂ ਜਾਲੀਆਂ ਉਤਾਰੋ ਤੇ ਦੂਜੇ ਮੁਲਾਜ਼ਮ ਦੇ ਵੱਲੋਂ ਗੱਡੀਆਂ ਦੀਆਂ ਜਾਲੀਆਂ ਨਾ ਉਤਾਰਨ ਦੀ ਗੱਲ ਕੀਤੀ ਜਾਂਦੀ ਹੈ ਕੀ ਹੋ ਰਹੀ ਹੈ ਪੂਰੀ ਬਹਿਸ ਉੱਥੇ ਹੀ ਲੈ ਚੱਲਦੇ ਹਾਂ
ਆਪਰੇਸ਼ਨ ਕਿਹਨੇ ਤੁਸੀਂ ਤੁਹਾਡੀ ਡਿਊਟੀ ਜਿਹੜੀ ਤੁਸੀਂ ਕਰਨੀ ਵੀ ਮੇਰੇ ਤੇ ਸਹਣ ਕਰਨਾ ਮੈਂ ਤਾਂ ਮੈਂ ਨਹੀਂ ਲਾਉਣੀ ਜਾਲੀ ਆਪਰੇਸ਼ਨ ਦੀ ਡਿਊਟੀ ਤਾਂ ਮੇਰੀ ਜਾਲੀ ਲਵਾਉਣ ਵਾਲਾ ਮੈਂ ਲਵਾਉਣ ਵਾਲੀ ਜਾਲੀ ਲਵਾਈਆਂ ਕਾਨਵਾਈਆਂ ਦਾ ਕਾਨਵਾਈਆਂ ਦਾ ਮੈਂ ਲਾਈਆਂ ਜਾਲੀਆਂ ਫਿਰ ਲਵਾ ਲਾਈਆਂ ਨਹੀਂ ਲਾਉਣੀਆਂ ਲਵਾ ਲਾਈਆਂ ਨਹੀਂ ਲਾਉਣੀਆਂ ਮੈਂ ਜਾਲ ਲਵਾਉਂਗਾ ਮੈਂ ਲਵਾ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾ ਫਿਰ ਕੋਈ ਨਹੀਂ ਚੱਕਰ ਲਵਾ ਲਿਆ ਉਹ ਬਿਨ ਥੱਲੇ ਨਹੀਂ ਹੋਣਾ ਥੱਲੇ ਚੱਲ ਠੀਕ ਹੋਈ ਲਵਾ ਬਕਵਾਸ ਵਾਲਾ ਕੀ ਗੱਲ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ